ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਦੇ ਇੱਕ ਮਹਿਲਾ ਐਸਐਚਓ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਨਸ਼ਾ ਤਸਕਰਾਂ ਦੀ ਮਦਦ ਕੀਤੀ ਹੈ ਲੱਖਾਂ ਦੀ ਰਿਸ਼ਵਤ ਵੀ ਮੰਗੀ ਹੈ ਤੇ ਨਾਲ ਹੀ ਦੱਸਦੀ ਹੈ ਕਿ 3 ਕਿਲੋ ਹਫੀਮ ਜਿਹੜੀ ਹੈ ਉਹ ਕਾਬੂ ਕੀਤੀ ਗਈ ਸੀ ਤੇ ਅਨਾਹੀ ਨਸ਼ਾ ਤਸਕਰਾਂ ਨੂੰ ਛਾੜਣ ਦੇ ਦੋਸ਼ ਲੱਗੇ ਨੇ ਪੰਜ ਵਿਅਕਤੀਆਂ ਸਣੇ ਮਹਿਲਾ ਐਸਐਚਓ ਦੇ ਉੱਤੇ ਇਲਜ਼ਾਮ ਲੱਗੇ ਨੇ ਤਾਂ ਮਾਮਲਾ ਪੰਜਾਬ ਪੁਲਿਸ ਨੇ ਦਰਜ ਕਰ ਲਿਆ ਜਿੱਥੇ ਇੱਕ ਪਾਸੇ ਪੰਜਾਬ ਦੀ ਜਵਾਨੀ ਲਗਾਤਾਰ ਨਸ਼ੇ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਉੱਤੇ ਪੁਲਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਕਿਸ ਤਰੀਕੇ ਦੇ ਨਾਲ ਮਹਿਲਾ ਐਸਐਚਓ ਦੇ ਵੱਲੋਂ ਰਿਸ਼ਵਤ ਗੀ ਗਈ ਤੇ ਨਾਲ ਹੀ ਮਹਿਲਾ ਐਸਐਚਓ ਦੇ ਵੱਲੋਂ ਜਿਹੜੇ ਹੈ ਉਹ ਛੱਡ ਦਿੱਤੇ ਗਏ ਨੇ ਨਸ਼ਾ ਤਸਕਰ ਉਹਨਾਂ ਦੀ ਮਦਦ ਕੀਤੀ ਗਈ ਹੈ ਤਾਂ ਮਾਮਲਾ ਬੇਹੱਦ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਪੰਜਾਬ ਦੀ ਜਵਾਨੀ ਬਚਾਈ ਜਾਣੀ ਸੀ ਉਸੇ ਦੇ ਵੱਲੋਂ ਜਿਹੜੀ ਹੈ ਉਹ ਨਸ਼ਾ ਤਸਕਰਾਂ ਦੀ ਮਦਦ ਕੀਤੀ ਜਾਰੀ ਹੈ ਮਹਿਲਾ ਇੰਸਪੈਕਟਰ ਸਮੇਤ ਪੰਜ ਵਿਅਕਤੀਆਂ ਦੇ ਉੱਪਰ ਨਸ਼ਾ ਤਸਕਰਾਂ ਦੀ ਮਦਦ ਕਰਨ ਦੇ ਇਲਜ਼ਾਮ ਲੱਗੇ ਨੇ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਥਾਣਾ ਕੋਟੇਸੇਖਾਂ ਦੇ ਮੁੱਖ ਇੰਸਪੈਕਟਰ ਸਮੇਤ ਪੰਜ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਨਸ਼ਾ ਤਸਕਰਾ ਦੀ ਮਦਦ ਕੀਤੀ ਗਈ ਹੈ ਜਾਣਕਾਰੀ ਮੁਤਾਬਿਕ ਥਾਣਾ ਕੋਟੇਸੇਖਾਂ ਦੇ ਵਿੱਚ ਮੁੱਖ ਇੰਸਪੈਕਟਰ ਅਸ਼ਪ੍ਰੀਤ ਕੌਰ ਗਰੇਵਾਲ ਦੇ ਵੱਲੋਂ ਇੱਕ ਤਰੀਕ ਨੂੰ ਜਿਹੜਾ ਹੈ ਨਾਕਾਬੰਦੀ ਕੀਤੀ ਗਈ ਸੀ ਇਸੇ ਦੌਰਾਨ ਪਿੰਡ ਦਾਤੇਵਾਹ ਵਾਲੇ ਦੇ ਰਹਿਣ ਵਾਲੇ ਨਸ਼ਾ ਤਸਕਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਵਿੱਚ ਅਮਰਜੀਤ ਸਿੰਘ ਦੇ ਉੱਪਰ 2 ਕਿਲੋ ਆਫੀਮ ਦਾ ਮਾਮਲਾ ਦਰਜ ਕੀਤਾ ਗਿਆ ਸੀ આરોપી ਅਮਰ ਜੀਤ ਦੇ ਦੱਸਣ ਮੁਤਾਬਿਕ ਉਸ ਦੇ ਨਾਲ ਉਸ ਦਾ ਪ੍ਰਾਹਰ ਭਜਨ ਸਿੰਘ ਅਤੇ ਉਸ ਦਾ ਪਤੀਜਾ ਗੁਰਪ੍ਰੀਤ ਸਿੰਘ ਵੀ ਉਸ ਦੇ ਨਾਲ ਸੀ ਜਿਨ੍ਹਾਂ ਕੋਲ 3 ਕਿਲੋ ਅਫੀਮ ਸੀ थाना ਮੁਖੀ ਕੋਟੇ ਸੇਖਾਰਪ੍ਰੀਤ ਕੌਰ ਗਰੇਵਾਲ ਅਤੇ ਮੁਖ ਮੰੰਚੀ ਕੋਟੇ ਸੇਖਾ ਗੁਰਪ੍ਰੀਤ ਸਿੰਘ ਅਤੇ ਮੁਖ ਮੰੰਚੀ ਚੌਂਕੀ ਬਲਖੰਡੀ ਰਾਜਪਾਲ ਨੇ ਮਿਲ ਕੇ ਪ੍ਰਾਈਵੇਟ ਵਿਅਕਤੀ ਦੇ ਨਾਲ 8 ਲੱਖ ਰੁਪਏ ਦਾ ਸੌਦਾ ਕੀਤਾ ਜਿਸ ਵਿੱਚੋਂ 5 ਲੱਖ ਰੁਪਏ ਇਹਨਾਂ ਵੱਲੋਂ ਲੈ ਲਏ ਗਏ ਅਤੇ ਮੇਰੇ ਕੱਲੇ ਉੱਤੇ ਮਾਮਲਾ ਦਰਜ ਕਰ ਦਿੱਤਾ ਡੀਐਸਪੀ ਰਮਨਦੀਪ ਸਿੰਘ ਵੱਲੋਂ ਤਫਤੀਸ਼ ਤੋਂ ਬਾਅਦ ਤਾਣਾ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲਾ ਤੇ ਗੁਰਪ੍ਰੀਤ ਸਿੰਘ ਮੁਖ ਮੰੰਸ਼ੀ ਕੋਟ ਇਸੇ ਖਾਤੇ ਰਾਜਪਾਲ ਸਿੰਘ ਮੁਖ ਮੰੰਸ਼ੀ ਚੌਕੀ 33 ਸਮੇਤ ਪੰਜ ਵਿਅਕਤੀوں ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤਾਂ ਵੱਡੀ ਖਬਰ ਹੈ ਕਿਸ ਤਰੀਕੇ ਦੇ ਨਾਲ ਐਸ ਐਚਓ ਖੁਦ ਹੀ ਰਲ ਚੁੱਕੇ ਨੇ ਅਜੀਆਂ ਕਰਤੂਤਾ ਕਰਨ ਦੇ ਲਈ ਤੇ ਨਸ਼ਾ ਤਸਕਰਾਂ ਦੀ ਮਦਦ ਕਰ ਰਹੇ ਨੇ ਤਾਂ ਫੀਮ ਦਾ ਅਮਾਲੇ ਦੇ ਵਿੱਚ ਨਸ਼ਾ ਤਸਕਰ ਨੂੰ ਫੜਿਆ ਗਿਆ ਸੀ ਤੇ ਬਾਅਦ ਵਿੱਚ ਪ੍ਰਾਈਵੇਟ ਵਿਅਕਤੀ ਦੇ ਜ਼ਰੀਏ ਐਸਐਚਓ ਨੇ ਮੁੰਜੀਆਂ ਦੇ ਨਾਲ ਮਿਲ ਕੇ ਇਸ ਕਰਤੂਤ ਨੂੰ ਅੰਜਾਮ ਦਿੱਤਾ ਤਾਂ ਕਿਸ ਤਰੀਕੇ ਦੇ ਨਾਲ ਨਸ਼ਾ ਤਸਕਰਾ ਦੀ ਮਦਦ ਕੀਤੀ ਹੈ ਤਾਂ ਸਵਾਲ ਆਪੋ ਆਪਣੇ ਦੇ ਵਿੱਚ ਇੱਕ ਵੱਡਾ ਹੈ ਕਿ ਕਿਸ ਤਰੀਕੇ ਦੇ ਨਾਲ ਨਸ਼ਾ ਵਿਕ ਰਿਹਾ ਕਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਦੀ ਪੰਜਾਬ ਪੁਲਿਸ ਮਦਦ ਕਰ ਰਹੀ ਹੈ ਇੱਕ ਪਾਸੇ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਅਸੀਂ ਨਸ਼ੇ ਨੂੰ ਰੋਕਣ ਦੀ ਪੂਰੀਆਂ ਕੋਸ਼ਿਸ਼ ਕਰ ਰਹੇ ਹਾਂ ਵੱਡੀਆਂ ਮੱਛੀਆਂ ਫੜ ਰਹੇ ਤੇ ਉੱਤੇ ਹੀ ਇਸ ਤਰੀਕੇ ਦੇ ਮਾਮਲਾ ਸਾਹਮਣੇ ਆਇਆ ਤਾਂ ਐਸਐਚਓ ਨੂੰ ਜਿਹੜਾ ਹੈ ਉਸ ਦੇ ਵੱਲੋਂ ਦੋਸ਼ ਲੱਗੇ ਨੇ ਕਿ ਉਸ ਦੇ ਵੱਲੋਂ ਨਸ਼ਾ ਤਸਕਰਾ ਦੀ ਮਦਦ ਕੀਤੀ ਗਈ ਖੁੱਦ ਐਸਐਚਓ ਸਣੇ ਦੋ ਮੁੰਸ਼ੀਆਂ ਦੇ ਵੱਲੋਂ 5 ਲੱਖ ਰੁਪਏ ਲੈ ਲਏ ਗਏ ਨੇ ਤੇ ਉਸ ਤੋਂ ਬਾਅਦ ਪ੍ਰਾਈਵੇਟ ਵਿਅਕਤੀ ਦੇ ਜ਼ਰੀਏ ਇਹ ਪੈਸੇ ਲੈ ਗਏ ਨੇ ਮਾਮਲਾ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਐਸਐਚਓ ਸਣੇ 5 ਵਿਅਕਤੀਆਂ ਦੇ ਉੱਤੇ